प्यारे बच्चों, आज इस वीडियो विच असीं साइंस दी बहुत ही इंटरेस्टिंग एक्टिविटी करांगे जिसका नाम है मेक योर ओन मैग्नेट, जिसनूं असीं पंजाबी विच कहांगे अपना चुंबक बनाओ। प्यारे बच्चों, इस दे लई सानू जो जो समान चाहिदा है, आओ असीं देखदे हां। सानू अपना चुंबक बनाउण दे लई सब तों पहलां चाहिदा है एक मैगनेट अते आयरन दियां पिंस। जिवें कि सानू पता है कि लोहा मैगनेट दे नाल चिपकदा है, इस करके इत्थे असीं आयरन पिंस लैतियां हन। प्यारे बच्चों, आओ हुण असीं एक्टिविटी शुरू करदे हां। असीं सब तों पहलां देखिया कि दोनों लोहे दियां पिंस आपस विच नहीं चिपकदियां हन। हुण असीं इस क्रिया नूं शुरू करदे हां। असीं एक लोहे दी सेफ्टी पिन नूं लै के मैगनेट दे नाल रब करांगे। जदों असीं पिन नूं मैगनेट दे नाल रब करदे हां तां इस गल दा ध्यान रखना है कि असीं इस नूं एक ही डायरेक्शन दे विच रब करना है। प्यारे बच्चो, जदों असीं इस नूं 30 तों 40 बार रब करांगे तां असीं देखांगे कि ਇਹ ਲੋਹੇ ਦੀ ਸੇਫਟੀ ਪਿੰਨ ਇੱਕ ਮੈਗਨੇਟ ਦੇ ਵਾਂਗ ਬਿਹੇਵ ਕਰਨਾ ਸ਼ੁਰੂ ਕਰ ਦੇਵੇਗੀ। ਇਸ ਦੇ ਨਾਲ ਸਾਡੀ ਲੋਹੇ ਦੀ ਦੂਸਰੀ ਪਿੰਨ ਚਿਪਕਣਾ ਸ਼ੁਰੂ ਕਰ ਦਿੰਦੀ ਹੈ, ਜਿਵੇਂ ਕਿ ਅਸੀਂ ਇਸ ਵੀਡੀਓ ਵਿੱਚ ਦੇਖ ਰਹੇ ਹਾਂ। ਇਹ ਸਾਡਾ ਆਪਣਾ ਮੈਗਨੇਟ ਬਣ ਗਿਆ ਹੈ। ਪਿਆਰੇ ਬੱਚਿਓ, ਆਓ ਹੁਣ ਅਸੀਂ ਦੇਖੀਏ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ। ਜਦੋਂ ਅਸੀਂ ਮੈਗਨੇਟ ਦੇ ਨਾਲ ਪਿੰਨ ਨੂੰ ਰਬ ਕਰਦੇ ਹਾਂ ਤਾਂ ਇਸ ਦੇ ਵਿੱਚ ਮੈਗਨੈਟਿਕ ਇੰਡਕਸ਼ਨ ਆ ਜਾਂਦੀ ਹੈ। ਪਿਆਰੇ ਬੱਚਿਓ, ਮੈਗਨੇਟ ਦੇ ਵਿੱਚ ਮੈਗਨੈਟਿਕ ਡੋਮੇਨਸ ਹੁੰਦੇ ਹਨ ਜੋ ਇੱਕ ਰੈਂਡਮ ਡਾਇਰੈਕਸ਼ਨ ਵਿੱਚ ਪਏ ਹੁੰਦੇ ਹਨ। ਜਦੋਂ ਅਸੀਂ ਇਸ ਦੇ ਨਾਲ ਆਇਰਨ ਨੂੰ ਰਬ ਕਰਦੇ ਹਾਂ ਤਾਂ ਇਹ ਇੱਕ ਲਾਈਨ ਦੇ ਵਿੱਚ ਅਲਾਈਨ ਹੋ ਜਾਂਦੇ ਹਨ, ਜਿਸ ਦੇ ਕਾਰਨ ਜੋ ਸਾਡਾ ਲੋਹਾ ਆਇਰਨ ਦੀ ਵਸਤੂ ਹੈ ਉਹ ਮੈਗਨੇਟਾਈਜ਼ ਹੋ ਜਾਂਦੀ ਹੈ ਅਤੇ ਇੱਕ ਚੁੰਬਕ ਦੇ ਵਾਂਗੂ ਬਿਹੇਵ ਕਰਨਾ ਸ਼ੁਰੂ ਕਰ ਦਿੰਦੀ ਹੈ। ਮੈਨੂੰ ਉਮੀਦ ਹੈ ਕਿ ਆਪ ਸਭ ਨੂੰ ਇਹ ਐਕਟੀਵਿਟੀ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ। ਤੁਸੀਂ ਇਸ ਐਕਟੀਵਿਟੀ ਨੂੰ ਆਪਣੇ ਆਪ ਘਰ ਦੇ ਵਿੱਚ ਪਰਫੋਰਮ ਕਰਕੇ ਦੇਖਣਾ ਹੈ। ਹੋਰ ਵਧੇਰੇ ਵੀਡੀਓਜ਼ ਦੇ ਲਈ ਇਸ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਜੀ। ਥੈਂਕ ਯੂ।